ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੌਂਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਛੋਟੇ ਸ਼ਹਿਰਾਂ ਵਿੱਚ ਸਟਾਰਟਅਪ ਸੱਭਿਆਚਾਰ ਦਾ ਵਿਸਥਾਰ ਉज्ज्वल ਭਵਿੱਖ ਦਾ ਸੰਕੇਤ ਹੈ ਆਕਾਸ਼ਵਾਣੀ ਤੋਂ ਪ੍ਰਸਾਰਤ ਮਨ ਦੀ ਬਾਤ ਪ੍ਰੋਗਰਾਮ ਵਿੱਚ ਉਹਨਾਂ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਾਉਣ ਦੀ ਅਪੀਲ ਕਰਦਿਆਂ ਦਵਾਈ ਵੀ ਸਖਤਾਈ ਵੀ ਦਾ ਮੰਤਰੀ ਯਦਵਾ ਆ ਜਨਮ ਅਸ਼ਟਮੀ ਦਾ ਤਿਉਹਾਰ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਪੂਰੇ ਉਤਸ਼ਾਹ ਅਤੇ ਧਾਰਮਿਕ ਆਸਥਾ ਨਾਲ ਮਨਾਇਆ ਜਾ ਰਿਹਾ ਹੈ ਬ੍ਰਿੰਦਾਵਨ ਸਮੇਤ ਦੇਸ਼ ਦੇ ਸਾਰੇ ਹਿੰਦ ਮੰਦਰਾਂ ਵਿੱਚ ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਨਤਾ ਲੱਗਣਾ ਸ਼ੁਰੂ ਹੋ ਗਿਆ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਕਾਰਨ ਬਦਲਦੇ ਸਮੀਕਰਨ ਭਾਰਤ ਵਾਸਤੇ ਇੱਕ ਚੁਣੌਤੀ ਨੇ ਰਾਜਨਾਥ ਸਿੰਘ ਅਨੁਸਾਰ ਭਾਰਤ ਨੂੰ ਆਪਣੀ ਅਫਗਾਨਿਸਤਾਨ ਰਣਨੀਤੀ ਬਦਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਕੁਐਡ ਦਾ ਗਠਨ ਇਸੇ ਰਣਨੀਤੀ ਦਾ ਨਤੀਜਾ ਹੈ ਰਾਸ਼ਟਰੀ ਟਿਕਾਕਰਨ ਮੋਹਮ ਅਧੀਨ ਦੇਸ਼ ਵਿੱਚ ਹੁਣ ਤੱਕ 63 ਕਰੋੜ 9 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਵਿੱਤ ਮੰਤਰਾਲਾ ਨੇ ਵਿਵਾਦ ਤੋਂ ਹੱਲ ਕਾਨੂੰਨ ਅਧੀਨ ਟੈਕਸ ਦੀ ਅਦਾਇਗੀ ਦੀ ਤਾਰੀਖ 31 ਅਗਸਤ ਤੋਂ ਵਧਾ ਕੇ 30 ਸਤੰਬਰ ਕੀਤੀ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੋਹਾਲੀ ਵਿੱਚ ਸਥਾਪਿਤ ਕੀਤੇ ਜਾ ਰਹੇ ਕੈਂਸਰ ਹਸਪਤਾਲ ਦੇ ਉਸਾਰੀ ਕੰਮਾਂ ਦਾ ਜਾਇਜ਼ਾ ਲਿਆ ਇਸ ਸਾਲ ਨਵੰਬਰ ਤੱਕ ਇਸ ਨੂੰ ਹਰ ਹਾਲਤ ਵਿੱਚ ਸ਼ੁਰੂ ਕੀਤੇ ਜਾਣ ਦੇ ਦਿੱਤੇ ਨਿਰਦੇਸ਼ ਸਮਾਰਟ ਸਕੂਲ ਯੋਜਨਾ ਅਧੀਨ ਪੰਜਾਬ ਦੇ 13000 ਤੋਂ ਵੱਧ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਟੋਕੀਓ ਪੈਰਾਓਲੰਪਿਕਸ ਵਿੱਚ ਭਾਰਤ ਦੀ ਪਾਵਨਾ ਪਟੇਲ ਨੇ ਟੇਬਲ ਟੈਨਿਸ ਅਤੇ ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿੱਚ ਚਾਂਦੀ ਦੇ ਤਮਗੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਡਿਸਕਸ ਥਰੋ ਵਿੱਚ ਵਿਜੇ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਇਹ ਹੁਣ ਖਬਰਾਂ ਦੇ ਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨੌਜਵਾਨਾਂ ਦੀ ਸੋਚ ਵਿੱਚ ਤਬਦੀਲੀ ਆ ਚੁੱਕੀ ਹੈ ਅਤੇ ਅੱਜ ਦਾ ਨੌਜਵਾਨ ਪੁਰਾਣੇ ਤੌਰ ਤਰੀਕਿਆਂ ਨੂੰ ਛੱਡ ਕੇ ਕੁਝ ਨਵਾਂ ਕਰਨਾ ਚਾਹੁੰਦਾ ਹੈ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਹਨਾਂ ਪੁਲਾੜ ਨੂੰ ਨਿੱਜੀ ਖੇਤਰ ਲਈ ਖੋਲਣ ਦੇ ਸਰਕਾਰ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਾੜ ਨਾਲ ਜੁੜੇ ਸਟਾਰਟਅੱਪ ਹੋਰ ਵੱਡੀ ਗਿਣਤੀ ਵਿੱਚ ਆਉਣਗੇ ਅਤੇ ਭਾਰਤੀ ਨੌਜਵਾਨ ਵੱਡੀ ਸੰਖਿਆ ਵਿੱਚ ਉਪਗ੍ਰਹਿ ਵਿਕਸਿਤ ਕਰਨਗੇ प्रधानमंत्री ने कहा कि छोटे शहर स्टार्टअप सभ्याचार प्रसार उज्जवल भविख का संकेत है आज का युवा मन बने बनाए रास्तों पर चलना नहीं चाहता है वो नए रास्ते बनाना चाहता है अननोन जगह पे कदम रखना चाहता है मंजिल भी नहीं लक्ष्य भी नहीं राह भी नहीं और चाह भी नहीं और एक बार मन में ठान लेता है ना युवा जी जान से जुट जाता है दिन रात मेहनत कर रहा है हम देखते हैं अभी कुछ समय पहले ही भारत ने अपने स्पेस सेक्टर को ओपन किया और देखते ही देखते युवा पीढ़ी ने उस मौके को पकड़ लिया और इसका लाभ उठाने के लिए कॉलेजों के स्टूडेंट्स यूनिवर्सिटी प्राइवेट सेक्टर में काम करने वाले नौजवान बढ़ चढ़ करके आगे आए हैं ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕੋਵਿਡ ਵਿਰੋਧੀ ਟੀਕੇ ਦੀ ਅਪੀਲ ਕਰਦਿਆਂ ਦਵਾਈ ਵੀ ਸਖਤਾਈ ਵੀ ਦਾ ਮੰਤਰੀ ਆਦਵਾਇਆ ਉਨਾ ਕਿਹਾ ਕਿ ਦੇਸ਼ ਵਿੱਚ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਪਰ ਫਿਰ ਵੀ ਸਾਵਧਾਨੀ ਤੇ ਚੌਕਸੀ ਰੱਖੀ ਜਾਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਭਾਸ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਣੀ ਵਿਰਾਸਤ ਦੀ ਸੰਭਾਲ ਅਤੇ ਆਉਣ ਵਾਲੀਆਂ ਨਸਲਾਂ ਤੱਕ ਇਸ ਨੂੰ ਪਹੁੰਚਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੌਰਾਨ ਭਗਵਾਨ ਕ੍ਰਿਸ਼ਨ ਦੇ ਜਨਮ ਮੌਕੇ ਮਨਾਏ ਜਾਣ ਵਾਲੇ ਤਿਉਹਾਰ ਜਨਮ ਅਸ਼ਟਮੀ ਦਾ ਵੀ ਜ਼ਿਕਰ ਕੀਤਾ ਬਿਆਨੋਗੇ ਵਿੱਚ ਅਮੇ ਇੱਕ ਬਾਤ ਹੋਰ ਯਾਦ ਰੱਖਣੀ ਹੈ दवाई भी कड़ाई भी देश में बासठ करोड़ से ज्यादा वैक्सीन की डोज दी जा चुकी है लेकिन फिर भी हमें सावधानी रखनी है सतर्कता रखनी है और हाँ हमेशा की तरह जब भी आप कुछ नया करें नया सोचे तो उसमें मुझे भी जरूर शामिल करिएगा मुझे आपके पत्र और मैसेजेस का इंतजार रहेगा ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣੇ ਜਹੇ ਸੰਪੰਨ ਹੋਈਆਂ 올림픽 ਖੇਡਾਂ ਵਿੱਚ ਦੇਸ਼ ਨੂੰ ਜਿਹੜੀ ਕਾਮਯਾਬੀ ਮਿਲੀ ਹੈ ਉਸ ਨੂੰ ਹਰ ਪੱਧਰ ਤੇ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਦੇਸ਼ ਦੇ ਹਰ ਹਿੱਸੇ ਵਿੱਚ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖੇਡਾਂ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਜਨਮ ਦਿਨ ਨੂੰ ਜ਼ਾਹਰ ਕਰਦਿਆਂ ਕਿਹਾ ਕਿ ਟੋਕੀਓ 올림픽 ਵਿੱਚ ਭਾਰਤ ਦੀ ਮਰਦਾਂ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਦਾ ਪ੍ਰਦਰਸ਼ਨ ਮੇਜਰ ਧਿਆਨ ਚੰਦ ਪ੍ਰਤੀ ਸੱਚੀ ਸ਼ਰਧਾਂਜਲੀ ਜਨਮਸ਼ਮੀ ਦਾ ਤਿਹਾਰ ਅੱਜ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਪੂਰੀ ਧਾਰਮਿਕ ਆਸਥਾ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਨਮਸ਼ਮੀ ਮਨਾਉਣ ਲਈ ਮੰਦਰਾਂ ਨੂੰ ਰੰਗ-ਬਰੰਗੀਆਂ ਲਾਈਟਾਂ ਅਤੇ ਹੋਰ ਸਾਧਨਾਂ ਨਾਲ ਸਜਾਇਆ ਗਿਆ ਹੈ ਸ਼ਰਧਾਲੂਆਂ ਨੇ ਅੱਜ ਸਵੇਰ ਤੋਂ ਹੀ ਮੰਦਰਾਂ ਵਿੱਚ ਜਾ ਕੇ ਭਗਵਾਨ શ્રી ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਸ਼ੁਰੂ ਕਰ ਦਿੱਤਾ ਹੈ বৃন্দাবন, अयोध्या, ਮथुरा ਅਤੇ ਗੋਕੁਲ ਦੇ ਮੰਦਰਾਂ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਹੈ। ਦੇਸ਼ ਭਰ ਵਿੱਚ ਇਸਕਾਨ ਸੰਸਥਾ ਵੱਲੋਂ ਇਸ ਸਾਲ ਕੋਵਿਡ-19 ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਦਿਆਂ ਜਨਮਸ਼ਟਮੀ ਦੇ ਪਵਿੱਤਰ ਤਿਹਾਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦਾ ਮਥੁਰਾ ਦੀ ਜੇਲ੍ਹ ਵਿੱਚ ਮਾਤਾ ਦੇਵਕੀ ਦੇ ਗਰਭ ਤੋਂ ਜਨਮ ਹੋਇਆ ਸੀ ਅਤੇ ਉਹਨਾਂ ਦੇ ਜਨਮ ਲੈਂਦਿਆਂ ਹੀ ਜੇਲ੍ਹ ਦੇ ਸਾਰੇ ਦਰਵਾਜ਼ੇ ਖੁੱਲ ਗਏ ਸਨ ਅਤੇ ਉਹਨਾਂ ਦੇ ਪਿਤਾ ਵਾਸੂਦੇਵ ਉਹਨਾਂ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਛਾਲਾ ਮਾਰਦੀ ਯਮੁਨਾ ਨਦੀ ਨੂੰ ਪਾਰ ਕਰਕੇ ਗੋਕੁਲ ਪਹੁੰਚੇ ਸਨ ਜਿੱਥੇ ਉਹਨਾਂ ਨੇ ਇਸ ਬੱਚੇ ਨੂੰ ਨੰਦ ਅਤੇ ਯਸ਼ੋਦਾ ਦੇ ਹਵਾਲੇ ਕਰ ਦਿੱਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਪ੍ਰਸਾਰਿਤ ਆਪਣੇ ਬਹੁ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਵਿੱਚ ਵੀ ਜਨਮ ਅਸ਼ਟਮੀ ਦੇ ਪਵਿੱਤਰ ਤਿਹਾਰ ਦਾ ਜ਼ਿਕਰ ਕਰਦਿਆਂ ਇਸ ਕਾਨ ਨਾਲ ਸੰਬੰਧਿਤ ਜਦੂ ਰਾਣੀ ਦਾਸੀ ਨਾਲ ਆਪਣੀ ਮੁਲਾਕਾਤ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਕੱਲ ਜਨਮ ਅਸ਼ਟਮੀ ਦਾ ਮਹਾ ਪੁਰਬ ਵੀ ਹੈ ਜਨਮ ਅਸ਼ਟਮੀ ਕਾ ਇਹ ਪੁਰਬ ਯਾਨੀ ਭਗਵਾਨ ਸ੍ਰੀ ਕ੍ਰਿਸ਼ਨ ਕੇ ਜਨਮ ਕਾ ਪੁਰਬ ਹਮ ਭਗਵਾਨ ਕੇ ਸਭ ਸਰੂਪੋਂ ਸੇ ਪਰਿਚਿਤ ਹੈ ਨਟਖੜ ਕਨਿਆ ਸੇ ਲੈ ਕਰਕੇ विराट रूप धारण करने वाले कृष्ण तक शास्त्र सामर्थ्य से लेकर के शस्त्र सामर्थ्य वाले कृष्ण तक कला हो सौंदर्य हो माधुर्य हो कहाँ कहाँ कृष्ण है ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਰਮਾਇਣ ਵਿੱਚ ਭਾਰਤੀ ਰਵਾਇਤਾਂ ਦੀਆਂ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਦਾ ਸੁਮੇਲ ਹੈ ਅਤੇ ਇਹ ਵਿਸ਼ਵ ਲਈ ਹਮੇਸ਼ਾ ਹੀ ਟੁਕਮੇ ਰਹਿਣਗੇ ਆਪਣੀ ਉੱਤਰ ਪ੍ਰਦੇਸ਼ ਯਾਤਰਾ ਦੇ ਚੌਥੇ ਦਿਨ ਕੱਲ ਰਾਸ਼ਟਰਪਤੀ ਨੇ ਰਮਾਇਣ ਸੰਮੇਲਨ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਰਾਮ ਸਭਨਾ ਦੇ ਨੇ ਅਤੇ ਸਭਨਾ ਵਿੱਚ ਨੇ ਉਹਨਾਂ ਕਿਹਾ ਕਿ ਅਯੋਧਿਆ ਨੂੰ ਮਾਨਵ ਸੇਵਾ ਦਾ ਬਿਹਤਰੀਨ ਕੇਂਦਰ ਬਣਾਉਣ ਦੇ ਨਾਲ ਨਾਲ ਸਿੱਖਿਆ ਅਤੇ ਖੋਜ ਦਾ ਵੀ ਵਿਸ਼ਵ ਕੇਂਦਰ ਬਣਾਇਆ ਜਾਵੇ ਰਾਸ਼ਟਰਪਤੀ ਨੇ ਕਿਹਾ ਕਿ ਰਾਮ ਕਥਾ ਦੇ ਆਦਰਸ਼ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਮਾਨਵਤਾ ਇੱਕੋ ਹੀ ਈਸ਼ਵਰ ਦੀ ਸੰਤਾਨ ਹੈ ਰਾਸ਼ਟਰਪਤੀ ਕੋਵਿੰਦ ਨੇ ਵਿਸ਼ਵ ਭਾਈਚਾਰੇ ਅਤੇ ਨੌਜਵਾਨ ਪੀੜ੍ਹੀ ਨੂੰ ਰਾਮ ਕਥਾ ਵਿੱਚ ਮੌਜੂਦ ਜੀਵਨ ਕੀਮਤਾਂ ਨਾਲ ਜੋੜਨ ਦਾ ਸੱਦਾ ਦਿੱਤਾ ਰਿਸ਼ੀ ਵਾਲਮੀਕ ਜੀ ਦੇ ਕਥਨ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਜਦ ਤੱਕ ਧਰਤੀ ਉੱਤੇ ਨਦੀ ਅਤੇ ਪਰਬਤ ਰਹਿਣਗੇ ਉਦੋਂ ਤੱਕ ਰਾਮ ਕਥਾ ਹਰਮਨ ਪਿਆਰੀ ਰਹੇਗੀ ਉਹਨਾਂ ਕਿਹਾ ਕਿ ਰਾਮ ਕਥਾ ਵਿਸ਼ਵ ਵਿੱਚ ਪ੍ਰਸਿੱਧ ਹੈ ਅਤੇ ਇਸ ਦੇ ਅਨੇਕ ਪਾਠ ਯੋਗ ਰੂਪ ਦੇਸ਼ ਵਿਦੇਸ਼ प्रचलित नहीं ये दो ऐसे ग्रंथ हैं कि जिसमें भारत की आत्मा के दर्शन होते हैं यह कहा जा सकता है कि भारतीय जीवन मूल्यों के आदर्श उनकी कहानियां और उपदेश रामायण में संपूर्ण रूप से समाहित है मेरा भी मानना है कि रामायण एक ऐसा विलक्षण ग्रंथ है जो रामकथा के माध्यम से विश्व समुदाय के समक्ष मानव जीवन के उच्च आदर्शों और मर्यादाओं को प्रस्तुत करता है रामायण में दर्श ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਤਾਲੀਬਾਨ ਦੇ ਕਬਜ਼ੇ ਕਾਰਨ ਬਦਲਦੇ ਸਮੀਕਰਨ ਭਾਰਤ ਵਾਸਤੇ ਇੱਕ ਚੁਣੌਤੀ ਨੇ ਤਮਿਲਨਾਡੂ ਦੇ ਨੀਲਗਰੀਜ਼ ਜ਼ਿਲ੍ਹੇ ਵਿੱਚ ਡਿਫੈਂਸ ਸਰਵਿਸ ਸਟਾਫ ਕਾਲਜ ਵਲਿੰਗਟਨ ਵਿਖੇ ਅਫਸਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਸਥਿਤੀ ਨੇ ਭਾਰਤ ਨੂੰ ਆਪਣੀ ਰਣਨੀਤੀ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਆਪਣੀ ਰਣਨੀਤੀ ਬਦਲ ਰਹੇ ਹਾਂ ਅਤੇ ਕੁਐਡ ਦਾ ਗਠਨ ਇਸ ਰਣਨੀਤੀ ਦਾ ਹਿੱਸਾ ਹੈ ਉਨ੍ਹਾਂ ਕਿਹਾ ਕਿ ਲੜਾਈ ਦੌਰਾਨ ਤੇਜ਼ੀ ਨਾਲ ਫੈਸਲੇ ਲੈਣਾ ਬਹੁਤ ਮਹੱਤਵਪੂਰਨ ਹੈ ਉਨਾ ਕਿਹਾ ਕਿ ਰੱਖਿਆ ਮੰਤਰਾਲਾ ਯੁੱਧ ਦੌਰਾਨ ਤੇਜ਼ੀ ਨਾਲ ਫੈਸਲੇ ਲੈਣ ਲਈ ਏਕੀਕ੍ਰਿਤ ਜੰਗੀ ਗਰੁੱਪ ਦੇ ਗਠਨ ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਗਰੁੱਪ ਸਿਰਫ ਤੇਜ਼ੀ ਨਾਲ ਫੈਸਲੇ ਲੈਣ ਵਿੱਚ ਹੀ ਮਦਦ ਨਹੀਂ ਕਰਨਗੇ ਸਗੋਂ ਏਕੀਕ੍ਰਿਤ ਲੜਾਈ ਯੂਨਿਟਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ ਪਰਿਸ਼ਥਿਤੀਆਂ ਨੇ ਅੱਜ ਮਾਰੇ ਨੇਸ ਨੂੰ ਆਪਣੀ ਸਟ੍ਰੈਟਜੀ ਪਰ ਸੋਚਣੇ ਲਈ ਮਜਬੂਰ ਕੀਤਾ ਹੈ ਅਸੀਂ ਆਪਣੀ ਸਟੱਡੀ ਵਿੱਚ ਬਦਲਾਅ ਲਾ ਰਹੇ ਹਾਂ ਕੁਐਡ ਕੁਐਡ ਦਾ ਫਾਰਮੇਸ਼ਨ ਜੋ ਕਿ ਇੰਡੀਆ ਆਸਟ੍ਰੇਲੀਆ ਅਮਰੀਕਾ ਪਰ ਜਾਪਾਨ ਉਹ ਵਿਲਾਪ ਵੀ ਕਰਨਾ ਹੈ ਇਸੇ ਚੱਕਰੀ ਦੇ ਅੰਤਰਗਠਿ ਵਿੱਚ ਇਸ ਦਾ ਫਾਰਮੇਸ਼ਨ ਕੀਤਾ ਗਿਆ ਹੈ ਸਕੁਏਰ ਕਾ ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਅਤਵਾਦ ਵਿਰੁੱਧ ਲੜਾਈ ਲਈ ਦੂਜੇ ਦੇਸ਼ ਦੀ ਧਰਤੀ ਤੋਂ ਆਪਰੇਸ਼ਨ ਚਲਾਉਣ ਤੋਂ ਸੰਕੋਚ ਨਹੀਂ ਕਰੇਗਾ ਉਹਨਾਂ ਕਿਹਾ ਕਿ ਵਿਸ਼ਵ ਫੌਜੀ ਤਾਕਤ ਵਪਾਰ ਸੰਚਾਰ ਅਤੇ ਸਿਆਸੀ ਸਮੀਕਰਨ ਦੇ ਲਿਹਾਜ਼ ਨਾਲ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਭਾਰਤ ਵੀ ਇਸ ਤੋਂ ਅਣਛੂਆ ਨਹੀਂ ਹੈ ਉਹਨਾਂ ਕਿਹਾ ਕਿ ਅੱਜ ਦੇ ਹਾਲਾਤ ਅਨੁਸਾਰ ਆਪਣੀ ਰੱਖਿਆ ਤਿਆਰੀ ਇੱਕ ਕਦਮ ਅੱਗੇ ਰੱਖਣਾ ਕੋਈ ਪ੍ਰਾਪਤੀ ਨਹੀਂ ਸਗੋਂ ਜ਼ਰੂਰਤ ਹੈ ਪ੍ਰੱਖਿਆ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ 1965 ਅਤੇ 1971 ਦੀਆਂ ਲੜਾਈਆਂ ਦੇ ਰੂਪ ਵਿੱਚ ਅਨੇਕ ਚੁਣੌਤੀਆਂ ਦਾ ਸਾਹਮਣਾ ਕੀਤਾ ਪਾਕਿਸਤਾਨ ਦਾ ਨਾਂ ਲਏ ਬਗੈਰ ਉਹਨਾਂ ਕਿਹਾ ਕਿ ਅੱਜ ਵੀ ਸਾਡਾ ਗਵਾਂਡੀ ਮੁਲਕ ਭਾਰਤ ਵਿੱਚ ਗੜਬੜੀ ਫਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਏ ਉਹਨਾਂ ਕਿਹਾ ਕਿ ਇਸ ਮੁਲਕ ਨੇ ਦੋਵੇਂ ਹੀ ਲੜਾਈਆਂ ਹਾਰੀਆਂ ਜਿਸ ਕਾਰਨ ਉਸ ਦਾ ਆਤਮਵਲ ਡੋਲਿਆ ਅਤੇ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਸਿੱਧੀ ਜੰਗ ਨਹੀਂ ਜਿੱਤ ਸਕਦਾ ਜਿਸ ਕਰਕੇ ਉਸ ਨੇ ਲੁਕਮੀ ਜੰਗ ਦਾ ਸਹਾਰਾ ਲਿਆ ਕੋਵਿਡ-19 ਮਹਾਮਾਰੀ ਵਿਰੁੱਧ ਸ਼ੁਰੂ ਕੀਤੀ ਗਈ ਲੜਾਈ ਲਈ ਰਾਸ਼ਟਰੀ ਵਿਆਪੀ ਟੀਕਾਕਰਨ ਮੁਹਿੰਮ ਅਧੀਨ ਦੇਸ਼ ਵਿੱਚ ਹੁਣ ਤੱਕ 63 ਕਰੋੜ 9 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਬੀਤੇ ਦਿਨ 73 ਲੱਖ 80 ਹਜ਼ਾਰ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਏ ਗਏ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਨੁਸਾਰ ਦੇਸ਼ ਵਿੱਚ ਕੋਵਿਡ ਤੋਂ ਠੀਕ ਹੋਣ ਦੀ ਦਰ 97.53% ਹੋ ਗਈ ਹੈ। ਇਸੇ ਦੌਰਾਨ 35 ਹਜ਼ਾਰ ਤੋਂ ਵੱਧ ਕੋਵਿਡ ਮਰੀਜ਼ ਸਿਹਤਯਾਬ ਹੋਏ ਨੇ। ਕੇਂਦਰੀ ਪ੍ਰਤੱਖ ਟੈਕਸ ਬੋਰਡ CBDT ਨੇ ਵਿਵਾਦ ਤੋਂ ਹੱਲ ਕਾਨੂੰਨ ਅਧੀਨ ਟੈਕਸ ਦੇ ਭੁਗਤਾਨ ਦੀ ਆਖਰੀ ਤਾਰੀਖ ਬਿਨਾਂ ਕਿਸੇ ਜੁਰਮਾਨੇ ਦੇ 30 ਸਤੰਬਰ ਤੱਕ ਵਧਾ ਦਿੱਤੀ ਹੈ ਵਿੱਤ ਮੰਤਰਾਲਾ ਨੇ ਕਿਹਾ ਕਿ ਇਹ ਤਾਰੀਖ ਪਹਿਲਾਂ 31 ਅਗਸਤ ਸੀ ਅਤੇ ਟੈਕਸ ਦੀ ਅਦਾਇਗੀ ਨਾਲ ਸੰਬੰਧਿਤ ਫਾਰਮ ਨੰਬਰ 3 ਨੂੰ ਜਾਰੀ ਕਰਨ ਅਤੇ ਉਸ ਵਿੱਚ ਸੋਧ ਕਰਨ ਦੇ ਮਾਮਲੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਟੈਕਸ ਦੇ ਭੁਗਤਾਨ ਦੀ ਤਾਰੀਖ ਵਿੱਚ 1 ਮਹੀਨੇ ਦਾ ਵਾਅਦਾ ਕੀਤਾ ਗਿਆ ਹੈ ਮੰਤਰਾਲਾ ਨੇ ਕਿਹਾ ਕਿ ਵਿਵਾਦ ਤੋਂ ਵਿਸ਼ਵਾਸ ਕਾਨੂੰਨ ਅਧੀਨ ਟੈਕਸ ਦੇ ਭੁਗਤਾਨ ਲਈ ਫਾਰਮ 3 ਜ਼ਰੂਰੀ ਹੈ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਇਸ ਕਾਨੂੰਨ ਅਧੀਨ ਵਾਧੂ ਫੀਸ ਨਾਲ ਭੁਗਤਾਨ ਦੀ ਆਖਰੀ ਤਾਰੀਖ ਪਹਿਲਾਂ ਵਾਂਗ 31 ਅਕਤੂਬਰ ਹੀ ਰਹੇਗੀ ਅਤੇ ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪੰਜਾਬ ਦੀ ਮੁਖ ਸਕੱਤਰ ਵੀਨੀ ਮਹਾਜਨ ਨੇ ਮੁਹਾਲੀ ਵਿੱਚ ਸਥਾਪਿਤ ਕੀਤੇ ਜਾ ਰਹੇ ਹੋਮੀ ਪਾਵਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦੇ ਸਾਰੇ ਹੀ ਹਿੱਸੇਦਾਰਾਂ ਨੂੰ ਕਿਹਾ ਹੈ ਕਿ ਉਹ ਇਸ ਆਧੁਨਿਕ ਕੈਂਸਰ ਹਸਪਤਾਲ ਨੂੰ ਇਸ ਬਾਰੇ ਨਵੰਬਰ ਤੋਂ ਕਾਰਜਸ਼ੀਲ ਬਣਾਉਣ ਦੇ ਕੰਮ ਨੂੰ ਯਕੀਨੀ ਬਣਾਉਣ ਚੰਡੀਗੜ੍ਹ ਵਿੱਚ ਕੱਲ ਇਸ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਦੌਰਾਨ ਉਹਨਾਂ ਕਿਹਾ ਕਿ ਇਸ ਹਸਪਤਾਲ ਦੇ ਸਾਰੇ ਹੀ ਬਕਾਇਆ ਕੰਮ 15 ਸਤੰਬਰ ਤੋਂ ਪਹਿਲਾਂ ਪਹਿਲਾਂ ਪੂਰੇ ਹੋ ਜਾਣੇ ਚਾਹੀਦੇ ਨੇ ਤਾਂ ਜੋ ਰੇਡੀਓਲੋਜੀ ਉਪਕਰਨ ਸਥਾਪਿਤ ਕਰਨ ਦੇ ਕੰਮ ਨੂੰ ਛੇਤੀ ਨਾਲ ਮੁਕੰਮਲ ਕੀਤਾ ਜਾ ਸਕੇ ਪ੍ਰੋਜੈਕਟ ਦੀ ਪ੍ਰਗਤੀ ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਇਸ ਪ੍ਰੋਜੈਕਟ ਨੂੰ ਸੰਚਾਲਿਤ ਕਰ ਰਹੀ ਟੀਮ ਨੂੰ ਉਨ੍ਹਾਂ ਕਿਹਾ ਕਿ 300 ਬਿਸਤਰਿਆਂ ਵਾਲੇ ਇਸ ਅਤਿ ਆਧੁਨਿਕ ਕੈਂਸਰ ਹਸਪਤਾਲ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਣਾ ਮੁੱਖ ਮੰਤਰੀ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ। ਪੰਜਾਬ ਸਰਕਾਰ ਨੇ ਇਸ ਹਸਪਤਾਲ ਲਈ 50 ਏਕੜ ਜ਼ਮੀਨ ਮੁਫਤ ਮੁਹੱਈਆ ਕਰਵਾਈਏ ਅਤੇ 663 ਕਰੋੜ 74 ਲੱਖ ਰੁਪਏ ਦੀ ਰਕਮ ਇਸ ਹਸਪਤਾਲ ਲਈ ਮਨਜ਼ੂਰ ਕੀਤੀ ਗਈ ਹੈ। ਪੰਜਾਬ ਦੇ 13000 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਹੁਣ ਤੱਕ 스마트 ਸਕੂਲਾਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਸਰਕਾਰੀ ਸਕੂਲਾਂ ਨੂੰ 스마트 ਸਕੂਲਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਸਤੰਬਰ 2019 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਪਿਛਲੇ 2 ਸਾਲਾਂ ਦੌਰਾਨ ਹੁਣ ਤੱਕ 13225 ਸਰਕਾਰੀ ਸਕੂਲਾਂ ਨੂੰ 스마트 ਸਕੂਲਾਂ ਵਿੱਚ ਬਦਲਿਆ ਜਾ ਚੁੱਕਾ ਹੈ ਬੁਲਾਰੇ ਨੇ ਕਿਹਾ ਕਿ ਸਕੂਲਾਂ ਨੂੰ 스마트 ਸਕੂਲਾਂ ਵਿੱਚ ਬਦਲਣ ਦੀ ਨੀਤੀ ਦਾ ਉਦੇਸ਼ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉੱਪਰ ਚੁੱਕਣਾ ਅਤੇ ਸਿੱਖਿਆ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣਾ ਹੈ ਬੁਲਾਰੇ ਨੇ ਕਿਹਾ ਕਿ ਮਹਿਕਮੇ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਪਾਈਚਾਰਿਆਂ, ਦਾਨੀਆਂ ਅਤੇ ਸਕੂਲ ਪ੍ਰਬੰਧਨ ਕਮੇਟੀਆਂ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਵੱਲੋਂ ਵੱਡਮੋਲਾ ਯੋਗਦਾਨ ਪਾਇਆ ਜਾ ਰਿਹਾ ਏ। ਬੁਲਾਰੇ ਨੇ ਕਿਹਾ ਕਿ ਸਮਾਰਟ ਸਕੂਲ ਯੋਜਨਾ ਨੀਤੀ ਅਧੀਨ ਸਕੂਲਾਂ ਦੇ ਕਲਾਸਰੂਮਾਂ, ਖੇਡ ਮੈਦਾਨਾਂ, ਸਿੱਖਿਆ ਪਾਰਕਾਂ, ਲੈਬਾਰਟਰੀਆਂ ਵਿੱਚ ਵੱਡੀ ਪੱਧਰ ਤੇ ਸੁਧਾਰ ਆਇਆ ਏ। ਕਲਾਸਰੂਮ ਅੱਗੇ ਨਾਲੋਂ ਖੁੱਲੇ ਅਤੇ ਹਵਾਦਾਰ ਹੋ ਗਏ ਨੇ ਅਤੇ ਹਰੇ ਤੇ ਸਫੈਦ ਬੋਰਡ ਲਗਾਏ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ